ਡੇਰਾਵਾਸੀ ਪੁਲਿਸ ਨੇ ਬੀਤੇ ਕੁਝ ਦਿਨ ਪਹਿਲਾਂ ਮੁਬਾਰਕਪੁਰ ਦੀ ਬਾਵਾ ਕਲੋਨੀ ਵਿੱਚ ਹੋਏ ਅੰਨੇ ਕਤਲ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕੇਸ ਵਿੱਚ ਸ਼ਾਮਿਲ ਦੋ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਦੋਸ਼ੀਆਂ ਨੇ ਵੀ ਆਪਣਾ ਜੁਰਮ ਕਬੂਲ ਕਰ ਲਿਆ। ਦੋਸ਼ੀਆਂ ਨੂੰ ਡੇਰਾਵਾਸੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਡੇਰਾਵਾਸੀ ਥਾਣੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ DSP GP ਸਿੰਘ ਨੇ ਦੱਸਿਆ ਕਿ ਮ੍ਰਿਤਕ 14 ਮਾਰਚ ਦੀ ਰਾਤ ਤੋਂ ਪਹਿਚਾਣ ਵਾਲੇ ਵਿਅਕਤੀਆਂ ਨਾਲ ਸ਼ਰਾਬ ਪੀ ਰਿਹਾ ਸੀ ਕਿ ਕਿਸੇ ਗੱਲ ਨੂੰ ਲੈ ਕੇ ਉਹਨਾਂ ਵਿੱਚ ਬਹਿਸ ਹੋ ਗਈ। ਉਹਨਾਂ ਲੋਕਾਂ ਨੇ ਮ੍ਰਿਤਕ ਅਸ਼ੋਕ ਦੇ ਮੂੰਹ ਤੇ ਪੱਥਰ ਮਾਰ ਕੇ ਹਮਲਾ ਕਰ ਦਿੱਤਾ, ਜਿਸ ਕਰਕੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। 14 ਤਰੀਕ ਦੀ ਗੱਲ ਆ, ਸਾਨੂੰ ਸਵੇਰੇ ਇਨਫੋਰਮੇਸ਼ਨ ਮਿਲੀ ਸੀ 15 ਨੂੰ ਸਵੇਰੇ ਕਿ ਇੱਥੇ ਇੱਕ ਮੁਬਾਰਕਪੁਰ 'ਚ ਡੈੱਡ ਬੋਡੀ ਪਈ ਹੈ, ਜਿਸ 'ਤੇ SHO ਭੁਪਿੰਦਰ ਸਿੰਘ ਨਾਲ ਚੌਕੀ ਇੰਚਾਰਜ ਅਸੀਂ ਸਾਰੇ ਪਹੁੰਚੇ। ਜਾ ਕੇ ਦੇਖਿਆ ਕਿ ਉਹਨੂੰ ਕਿਸੇ ਨਾਮ ਨੂੰ ਵਿਅਕਤੀ ਜਾਂ ਵਿਅਕਤੀਆਂ ਨੇ ਪੱਥਰ ਮਾਰ ਕੇ ਕਾਫੀ ਬੁਰੀ ਤਰ੍ਹਾਂ ਮਾਰਿਆ ਸੀਗਾ। ਇਸ ਦੇ ਉੱਤੇ ਉਸ ਟਾਈਮ ਉਹਦੀ ਸ਼ਨਾਖਤ ਨਹੀਂ ਹੋ ਸਕੀ, ਜਿਸ 'ਤੇ ਸਾਨੂੰ SSP ਸਾਹਿਬ ਸਰਦਾਰ ਕੁਲਦੀਪ ਚਾਹ ਨੇ ਦਿਸ਼ਾ ਨਿਰਦੇਸ਼ ਦਿੱਤੇ। ਉਹਨਾਂ ਦੇ ਚੱਲਦੇ ਹੋਏ ਸਾਡੀ ਟੀਮ ਨੇ ਮਹਿੰਦਰ ਸਿੰਘ ਚੌਕੀ ਚਾਹ ਨੇ ਬੜੀ ਹੀ ਜ਼ਿਆਦਾ ਮਿਹਨਤ ਕਰਕੇ ਇਸ ਆਈਡੈਂਟੀਫਾਈ ਕਰਾਇਆ, ਇਸ ਲਾਸ਼ ਦੀ ਸ਼ਨਾਖਤ ਕਰਵਾਈ। ਜਦੋਂ ਪਤਾ ਲੱਗਿਆ ਕਿ ਅਸ਼ੋਕ ਕੁਮਾਰ ਦਾ ਇਹ ਵਿਅਕਤੀ ਮੁਬਾਰਕਪੁਰ ਦਾ ਰਹਿਣ ਵਾਲਾ, ਅਤੇ ਉਸ ਤੋਂ ਬਾਅਦ ਇਹਦਾ ਪੋਸਟਮਾਰਟਮ ਕਰਾਇਆ ਗਿਆ।